सत श्री अकाल प्यारे बच्चों, अज दी इस वीडियो विच दसवीं जमात पंजाब स्कूल सिक्ख्या बोर्ड पंजाबी जमात दे विच आप सब दा स्वागत है जी। बच्चों अज असी पढ़ांगे बनगी पुस्तक दे विच, जो कि तुहाडी कहानियां ते इकांगियां दी पुस्तक है। इस दे विच साडे कोल सत कहानियां ते पंज इकांगियां शामिल कीतियां गईयां ने। उस दे विच पहली कहानी कुल्फी, जिहड़ी कि सुजान सिंह दी लिखी हुई है, उस बारे पढ़ांगे बच्चों। अज असी इस कहानी दे विच बच्चे की है, कुल्फी, एक बच्चा छोटा जिहड़ा कि कुल्फी दी मंग करदा है, पर जिहड़ा उहदा पिता है वह आर्थिक तंगी दा मतलब के शिकार है। उहदी तनखाह है जिहड़ी वह बहुत घट है, कि वह अपने बच्चे की छोटी जी मंग, कुल्फी किन्ने की है, एक टके की कुल्फी आती सी उस टाइम ते, कि वह एक कुल्फी नहीं अपने बच्चे नूं लैके दे सकिया। ਉਹਨੂੰ ਲਾਰਿਆਂ ਦੇ ਵਿੱਚ ਲਗਾਈ ਰੱਖਦਾ ਕਿ ਕੱਲ ਲੈ ਕੇ ਦੇਵਾਂਗਾ, ਦੁਪਹਿਰ ਨੂੰ ਲੈ ਕੇ ਦੇਵਾਂਗਾ, ਸ਼ਾਮ ਨੂੰ ਲੈ ਕੇ ਦੇਵਾਂਗਾ, ਇਸੇ ਤਰ੍ਹਾਂ ਉਹਨੂੰ ਲਾਰੇ ਲਗਾਉਂਦਾ ਰਹਿੰਦਾ। ਕਾਰਨ ਕੀ ਸੀਗਾ? ਕਿਉਂਕਿ ਮਹੀਨੇ ਦੀ ਅਖੀਰਲੀ ਤਰੀਕ ਸੀਗੀ ਤੇ ਉਦੋਂ ਤੱਕ ਉਹਦੇ ਜਿਹੜੇ ਤਨਖਾਹ ਦੇ ਪੈਸੇ ਸੀ ਉਹ ਖਤਮ ਹੋ ਚੁੱਕੇ ਸੀ, ਉਹਦੇ ਕੋਲ ਲੈ ਕੇ ਦੇਣ ਲਈ ਕੁਲਫੀ ਪੈਸੇ ਨਹੀਂ ਸੀਗੇ। ਉਹ ਅਗਲੇ ਦਿਨ ਮਤਲਬ ਕਿਸੇ ਤੋਂ ਉਧਾਰ ਵੀ ਪੈਸੇ ਲੈ ਕੇ ਆਉਂਦਾ, ਪਰ ਫਿਰ ਵੀ ਉਹਦੇ ਨਾਲ ਉਹਦੀਆਂ ਜਿਹੜੀਆਂ ਘਰ ਦੀਆਂ ਜ਼ਰੂਰਤਾਂ ਹੁੰਦੀਆਂ ਨੇ, ਜ਼ਰੂਰੀ ਸਮਾਨ ਹੁੰਦਾ, ਉਹੀ ਆ ਸਕਦਾ, ਕੁਲਫੀ ਫਿਰ ਵੀ ਨਹੀਂ ਉਹ ਲੈ ਕੇ ਦੇ ਸਕਦਾ। ਤਾਂ ਕੀ ਹੈ ਇਹਦੇ ਵਿੱਚ, ਉਹੀ ਪੜ੍ਹਾਂਗੇ ਅਸੀਂ ਕਿ ਆਰਥਿਕ ਤੰਗੀ ਦਾ ਵਰਣਨ ਕੀਤਾ ਇਸ ਕਹਾਣੀ ਦੇ ਵਿੱਚ ਕਹਾਣੀਕਾਰ ਨੇ। ਬੱਚੇ ਦੀ ਛੋਟੀ ਜਿਹੀ ਮੰਗ ਨੂੰ ਪੂਰਾ ਨਾ ਕਰ ਸਕਣਾ, ਛੋਟੀ ਜਿਹੀ ਮੰਗ ਜਿਹੜੀ ਕਿ ਕੁਲਫੀ ਦੀ ਮੰਗ ਕੀਤੀ, ਉਸ ਤੋਂ ਬਾਅਦ ਉੱਥੇ ਇੱਕ ਗਲੀ ਦੇ ਵਿੱਚ ਮੁਰਮਰੇ ਵੇਚਣ ਵਾਲਾ ਵੀ ਆਉਂਦਾ, ਤਾਂ ਉਹ ਵੀ ਨਹੀਂ ਲੈ ਕੇ ਦਿੰਦਾ। ਉਹਦੇ ਲਈ ਵੀ ਉਹ ਬਹਾਨਾ ਬਣਾ ਦਿੰਦਾ ਕਹਾਣੀਕਾਰ ਕਿ ਮੁਰਮਰੇ ਖਾਣ ਨਾਲ ਖੰਘ ਹੋ ਜਾਂਦੀ ਹੈ, ਪਰ ਬੱਚਾ ਵਿਚਾਰਾ ਕਹਿੰਦਾ ਮੈਨੂੰ ਖੰਘ ਖੁੰਘ ਨਹੀਂ ਲੱਗਦੀ, ਤੇ ਕਿ ਮੈਨੂੰ ਟਕਾ ਟਕਾ ਮਤਲਬ ਤੋਤਲੀ ਆਵਾਜ਼ ਚ ਬੋਲ ਰਿਹਾ, ਟਕਾ ਦੇ ਦਿਓ, ਟਕਾ ਦੇ ਦਿਓ, ਇੱਦਾਂ ਕਰਦਾ। ਤੇ ਸੁਪਨੇ ਦੇ ਵਿੱਚ ਵੀ ਜਦੋਂ ਉਹਦੀ ਉਹ ਮੰਗ ਪੂਰੀ ਨਹੀਂ ਹੁੰਦੀ ਕੁਲਫੀ ਦੀ, ਤਾਂ ਅਚੇਤ ਮਨ ਦੇ ਵਿੱਚ ਸੁੱਤਾ ਹੋਇਆ ਵੀ ਉਹ ਕੁਲਫੀ ਕੁਲਫੀ ਬੁੜਬੁੜਾਉਂਦਾ ਹੈਗਾ। ਤੇ ਅਖੀਰ ਦੇ ਵਿੱਚ ਕੀ ਹੁੰਦਾ ਬੱਚਿਓ, ਕਿ ਇੱਕ ਸ਼ਾਹਾਂ ਦਾ ਮੁੰਡਾ ਹੁੰਦਾ, ਸ਼ਾਹਾਂ ਦਾ ਮਤਲਬ ਕਿ ਅਮੀਰਾਂ ਦਾ, ਸ਼ਾਹਾਂ ਤਾਂ ਹੀ ਲਿਖਿਆ ਕਹਾਣੀਕਾਰ ਨੇ ਇੱਥੇ ਕਿ ਸ਼ਾਹਾਂ ਦਾ ਮੁੰਡਾ ਹੁੰਦਾ ਬੁੱਲੀ, ਉਹਦਾ ਨਾਮ ਬੁੱਲੀ ਹੈ ਬੱਚੇ ਦਾ, ਕਿ ਉਹ ਕੁਲਫੀ ਲੈ ਰਿਹਾ ਹੁੰਦਾ, ਖਾ ਰਿਹਾ ਹੁੰਦਾ ਉਹ ਤੋਂ ਲੈ ਕੇ, ਤਾਂ ਜਿਹੜਾ ਕਹਾਣੀਕਾਰ ਦਾ ਬੇਟਾ ਹੁੰਦਾ ਕਾਕਾ, ਉਹਦੇ ਤੋਂ ਕੁਲਫੀ ਖੋ ਕੇ ਸੁਟਵਾ ਦਿੰਦਾ, ਉਹਦੀ ਕੁਲਫੀ ਖੋਂਦਾ। ਤਾਂ ਉਹਦੇ ਵਿੱਚ ਸਾਨੂੰ ਕੀ ਦਿਖਾਇਆ, ਅਮੀਰਾਂ ਤੋਂ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਹੱਕ ਖੋ ਕੇ ਮੰਗਣੇ ਪੈਣਗੇ ਆਪਣੇ, ਕਿ ਇੱਦਾਂ ਹੱਕਾਂ ਹੱਕ ਨਹੀਂ ਮਿਲਣੇ, ਖੋ ਕੇ ਮੰਗਣੇ ਪੈਣਗੇ, ਸਾਨੂੰ ਖੋਣੇ ਪੈਣਗੇ ਉਹਨਾਂ ਤੋਂ ਹੱਕ, ਇਹ ਕਹਾਣੀਕਾਰ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਅਖੀਰ ਤੇ ਕੀ ਹੈ, ਜਿਹੜਾ ਸ਼ਾਹਾਂ ਦਾ ਮੁੰਡਾ ਹੁੰਦਾ, ਉਹਦੀ ਮਦਰ ਹੈ ਜਿਹੜੀ, ਉਹਦੀ ਮਾਂ ਹੈਗੀ, ਉਹ ਉਲਾਂਭਾ ਦੇਣ ਵੀ ਆਉਂਦੀ ਹੈ ਕਹਾਣੀਕਾਰ ਦੇ ਘਰ, ਤੇ ਜਿਹੜੀ ਕਾਕੇ ਦੀ ਮਾਂ ਹੁੰਦੀ ਹੈ ਉਹਦੇ ਮਾਰ ਲਈ ਥੱਪੜ ਚੁੱਕਦੀ ਹੈ, ਪਰ ਜਿਹੜਾ ਕਹਾਣੀਕਾਰ ਹੁੰਦਾ ਉਹ ਕੀ ਕਹਿੰਦਾ, ਕਹਿੰਦਾ ਕੁਝ ਵੰਡ ਸ਼ੁਦੈਣੇ, ਕੈਰ ਪਿਤਾ ਦੇ ਘਰ ਬਹਾਦਰ ਪੁੱਤਰ ਜੰਮਿਆ। ਤਾਂ ਇਹਦਾ ਇੱਕ ਸੰਕੇਤ ਦਿੱਤਾ ਹੈ ਕਿ ਮੈਂ ਤਾਂ ਸਾਰੀ ਉਮਰ ਆਪਣੀ ਏਦਾਂ ਹੀ ਕੱਢ ਲਈ ਹੈ ਕਿ ਮੈਂ ਆਪਣਾ ਹੱਕ ਮੰਗ ਨਹੀਂ ਸਕਿਆ, ਪਰ ਮੇਰਾ ਪੁੱਤਰ ਹੈ ਜਿਹੜਾ ਉਹ ਬਹਾਦਰ ਹੈ, ਉਹ ਆਪਣੇ ਹੱਕ ਹੈ ਜਿਹੜੇ ਖੋ ਲਵੇਗਾ ਦੂਸਰਿਆਂ ਤੋਂ, ਕਿ ਦੂਸਰਿਆਂ ਨੂੰ ਆਪਣੇ ਹੱਕਾਂ ਦੇ ਪ੍ਰਤੀ ਮਤਲਬ ਕਿ ਜਾਗਰੂਕ ਹੋ ਰਿਹਾ, ਉਹ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਪੜ੍ਹਦੇ ਆ ਬੱਚੇ ਕਹਾਣੀ ਇਹ ਕੁਲਫੀ। ਮਹੀਨਾ ਮੁੱਕਣ ਤੇ ਸੀ, ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ। ਸੋਚ ਰਿਹਾ ਸਾਂ ਮਹੀਨੇ ਦੇ ਪਹਿਲੇ ਅੱਧ ਦੇ 15 ਦਿਨ ਕਿਵੇਂ ਝਟਪਟ ਮੁੱਕ ਜਾਂਦੇ ਹਨ, ਤੇ ਤਨਖਾਹ ਵੀ ਉਹਨਾਂ 15 ਦਿਨਾਂ ਦੇ ਨਾਲ ਹੀ ਕਿਵੇਂ ਉੱਡ ਪੁੱਡ ਜਾਂਦੀ ਹੈ। ਮੈਨੂੰ ਪੱਠੇ ਦੀ ਸਫ਼ ਚੁਭ ਰਹੀ ਸੀ, ਪਾਸਾ ਵੱਟ ਕੇ ਪਿੱਠ ਤੇ ਹੱਥ ਫੇਰਿਆ ਤਾਂ ਸਫ਼ ਦੀਆਂ ਪਿੜੀਆਂ ਪਿੰਡੇ ਵਿੱਚ ਖੁੱਭੀਆਂ ਹੋਈਆਂ ਸਨ। ਮਲਾਈ ਵਾਲੀ ਕੁਲਫੀ, ਠੰਡੀ ਠਾਰ ਆਵਾਜ਼ ਵਿੱਚ ਕੁਲਫੀ ਵਾਲੇ ਨੇ ਹੋਕਾ ਦਿੱਤਾ। ਉਸਦੀ ਆਵਾਜ਼ ਕਿੰਨਾ ਚਿਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ। ਚਿੱਟੀ ਦੁੱਧ ਕੁਲਫੀ ਸਰਕਾਰ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ। ਮੇਰੇ ਮੂੰਹ ਵਿੱਚ ਪਾਣੀ ਆ ਗਿਆ, ਪਰ ਮੈਂ ਬੇਵੱਸ ਸਾਂ। ਪੈਸੇ ਦੀ ਤੰਗੀ ਹਵਾ ਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ। ਮੇਰੀ ਦੁਪਹਿਰ ਮਗਰੋਂ ਦੀ ਨੀਂਦ ਹਾਲੀ ਪੂਰੀ ਨਹੀਂ ਸੀ ਹੋਈ ਕਿ ਮੈਨੂੰ ਮੇਰੇ ਛੋਟੇ ਕਾਕੇ ਨੇ ਹਲੂਣ ਕੇ ਜਗਾ ਹੀ ਦਿੱਤਾ। ਮੈਂ ਖਿਜਿਆ ਹੋਇਆ ਸਾਂ, ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ। ਦਾ ਜੀ, ਕਿੰਨੀਆਂ ਆਜਾਂ ਮਾਰੀਆਂ, ਜਾਗਦੇ ਹੀ ਨਹੀਂ ਤੁਸੀਂ? ਹਾਂ ਹਾਂ, ਤੂੰ ਕੀ ਕਹਿਣਾ ਦੱਸ ਵੀ, ਮੈਂ ਕੁਝ ਕਾਲੇ ਪੈ ਕੇ ਪੁੱਛਿਆ। ਤੱਕਾ, ਇੱਕ ਤੱਕਾ ਦੇ ਦਿਓ। ਤਾਂ ਦਾ ਜੀ, ਪਰ ਟਕਾ ਮੇਰੇ ਕੋਲ ਹੈ ਨਹੀਂ ਸੀ, ਮੇਰੇ ਕੋਲ ਅੱਜ ਕੁਝ ਵੀ ਨਹੀਂ ਸੀ। ਜੂਨ ਦੀ 26 ਤਰੀਕ ਸੀ, ਘਰ ਦਾ ਖਰਚ, ਬਾਜ਼ਾਰ ਦੀ ਉਧਾਰ ਦੀ ਸਾਖ ਤੇ ਮਸੀ ਤੁਰ ਰਿਹਾ ਸੀ।
इस तरह बच्चों कहानीकार ने दस्या कि अखीरले दिन सी 26 तरीक सी मतलब उसने पहला दसता कि 15 दिन जड़े सी जल्दी जल्दी ना निकल जाते मतलब जो कमाउंदा सी 15 दिन च ही खत्म हो जाता सी अखीरले महीने च उहदे कोले घर का गुजारा चलाउण लई भी कुछ नहीं सी हुंदा। ते 26 तरीक सी इदां दे बच्चे छोटे क्वेश्चन है जिहड़े एक एक नंबर वाले वह इदां ही आउणगे। कुल्फी कहानी दीआं घटनावां किहड़े महीने विच वापरदीआं ने किहड़ी तरीक सी तां इह तुहानूं याद रखणे पैणगे बच्चे। तक्का दिओ भी ना दाजी बाहर मुरमरा मुरमरे वाला उच्ची उच्ची साढ़े बूहे अगे होके दे रहा सी। कोई जवाब सोचने वास्ते समा कढ़न लई मैं कहा काका तू टका की करना है खर्चना है मैं तक्का होर की करीदा तक्के नू मैनू पता है पहले जंग तो मगरों जदों बड़ी महंगाई हो गई सी सानू धेला खर्चन नू मिलदा सी ते धेले दे मसद्दी राम तो लियांदे होए छोले मुक्कण विच ही ना सन आउंदे हुण आने दे भी ओने छोले नहीं सन मिल सकदे ते आमदन मेरी मेरे पिता दी आमदन दे पासक भी नहीं सी हालांकि मेरी पढ़ाई मेरे पिता तो कई गुणा वध सी। मैं दुनिया दी आर्थिक दशा अते इस दशा नू बनाउण ते कायम रखण वाले धन कुबेरां ते विचार करन लग पिया। बाहरों फिर मुरमरा छोले दा होका गूंजिया ते नाल ही काके आख्या तक्का दिओ भी ना दाजी तक्का भैड़ा हुंदा है मैं हालात तो पैदा हुई बद हवासी जही विच कहा हूं तक्का भी कदे भैड़ा हुंदा दाजी तक्के दा मुरमरा हुंदा है मुरमरा भैड़ा हुंदा है मैं आख्या ते बाकी गल हाले मेरे मूह विच ही सी कि काके ने कहा मुरमरा ते मिठा हुंदा है। इस दलील दा मेरे कोल कोई उत्तर नहीं सी मैं भी मिठे दा लोभी हाँ पर फिर भी मैं अपनी फोकी हिकमत जनाउंदिया कहा मुरमरे नाल खंघ लग जांदी है बच्चू तुसी तक्का दे दिओ मैनू नहीं लगती लुभदी खंघ। मुंडा मच्छर दा जापदा सी टका मेरे कोल है नहीं सी मैं काके नू टालन लई उसनू पता नहीं क्यों कह दिता खबरे बड़ा लोभ दे के भुलाउण लई मुरमरा गंदा हुंदा असी शामी बाजारों कुल्फी खावांगे मुरमरे छोले वाला हुण टल चुका सी। काका जी मेरी आस तो उल्ट शामी कुल्फी खाणी मन गया मैं समझा वला टली मैं सोचा किते कोई होर छावड़ी वाला ना आ जावे सो मैं कपड़े पा के कड़क दी धुप विच बाहर निकल गया ते सड़कां ते समा कतल करता रहा कीमती समा मैं एक टके दी मंग तो बचन लई नास करता रहा सा। ठीक है बच्चे इत्थे तक असीं इह देखिआ कि मतलब उहदे कोल इक टका देण लई नहीं सी तो कड़क दी दुपहर दे विच कि घरे होके वाला कोई होर ना आ जाए बच्चा फिर मेरे तो पैसा मंगेगा ते उह घरों ही चलिआ जांदा है। मैं अपने मालक नूं क्यों नहीं कहिंदा कि मेरा इन्ने विच गुजारा नहीं हुंदा पर सुनेगा कौन इकल्ले दी आवाज भावें किड्डी उच्ची होवे सुनी नहीं जांदी लोड़वंद इकट्ठे हो नहीं सकदे जे हो जाण तां रहण नहीं दित्ते जांदे तां जो इकट्ठी मंग ना करन मंग कीत्यां कई वारी नौकरियों जवाब हो जांदा है। मैं डर गया बेरुजगारी दे भयानक भविख ने मैनूं कंबा दित्ता कैरां वांग मैं सदा तो चुप रहा सां ते हुण भी चुप रहण दा फैसला कीता। शामी इह समझ के कि काका छेती सौ जांदा है मैं दब्बी पैरी घर पहुंचिया आवाज ना मारी केवल कुंडा ही खड़काया उत्तों ही आवाज आई दाजी आया जे ते थोड़े चिर मगरों काके ने आण बूहा खोलिया दाजी कुल्फी खाण जाना जे उसने आस भरपूर लहजे विच पुछिया उत्ते चल उत्ते मैं कहा काका निम्मो झूना जिहा हो के अगे लग तुरिया मंजे ते बैठ के काके नू गोद विच लै के मैं प्यार नाल कहा हुण रात पै गई है कुल्फी कल खावांगी। मामूल तो उल्ट काका चुप कर रहा किन्ना चिर असमान वाल तक के कुछ सोचता रहा फिर आखन लगा दाजी तारे पहिए हुंदे ने ना पहिए बड़ा भा आखदा सी तारे पहिए हुंदे ने ते दा जी सारे पहिए साढ़े कोथे ते क्यों नहीं भर पैंदे पहिए दा मतलब बच्चे रुपये उहनूं सुत्ते पए नूं इह लगदा वी तारे आ जिहड़े उह रुपये हुंदे ने ते कह रहे सारे रुपये उह साढ़े कोठे ते क्यों नहीं भर पैंदे। मैं इह आख के तारे रुपये नहीं हुंदे मन उसदा सुरग ढा छड्डिआ उह मंजे ते लेट गिआ ते असमान वल देखदा आखर सौ ही गया। दूसरे दिन कम ते मैं अपने साथियों तो कुछ मंगण दी कोशिश करता रहा पर हिया नहीं सी पैंदा मंगना बहुत ही औखा कम है मौत जिन्ना दुख हुंदा है मंगण विच आखर एक साथी कोलों 3 रुपए लै ही ले जद घर आया
ਤਾਂ ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ। ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ 3 ਰੁਪਏ ਮੁੱਛ ਲਏ। ਅੱਧ ਮਣ ਲੱਕੜੀਆਂ, ਸ਼ਾਮ ਦੀ ਸਬਜ਼ੀ, ਲੂਣ, ਤੇਲ ਆਦਿ ਵਿੱਚ ਕਾਕੇ ਦੇ ਜਾਗਣ ਤੋਂ ਪਹਿਲਾਂ ਉਹ 3 ਰੁਪਏ ਮੁੱਕ ਗਏ। ਮੈਂ ਕਿਹਾ ਵੀ ਕਿ ਕਾਕੇ ਨੂੰ ਕੁਲਫੀ ਖਵਾਉਣੀ ਹੈ, ਪਰ ਉਹਨਾਂ ਕਹਿ ਛੱਡਿਆ, ਬੜਾ ਉਹਨੂੰ ਯਾਦ ਰਹਿਣਾ, ਮੈਂ ਟਕਾ ਦੇ ਛੱਡਾਂਗੀ ਮੁਰਮਰੇ ਲਈ। ਕਾਕੇ ਜਾਗਦਿਆਂ ਹੀ ਕੁਲਫੀ ਮੰਗੀ, ਚੀਕ ਚਿਹਾੜਾ ਪੈ ਗਿਆ। ਕੱਲ ਵਾਲਾ ਮੁਰਮਰਾ ਤੇ ਟਕਾ ਮਨਜ਼ੂਰ ਨਹੀਂ ਸਨ। ਆਖਰ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਛੁਟਕਾਰਾ ਪਾਇਆ ਤੇ ਕਾਕੇ ਨੇ ਟਕਾ ਮੇਰੇ ਕੋਲ ਜਮ੍ਹਾਂ ਕਰਵਾ ਦਿੱਤਾ। ਸ਼ਾਮ ਤੋਂ ਪਹਿਲਾਂ ਹੀ ਮੈਂ ਖੇਡਣ ਦਾ ਬਹਾਨਾ ਕਰਕੇ ਨਿਕਲ ਗਿਆ ਤੇ ਢੇਰ ਰਾਤ ਗੁਜ਼ਰੀ ਮੁੜਿਆ। ਕਾਕੇ ਨੂੰ ਸੁੱਤਾ ਦੇਖ ਕੇ ਸਾਹ ਵਿੱਚ ਸਾਹ ਆਇਆ। ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ ਦੱਸਿਆ ਕਿ ਕਾਕਾ ਬੜਾ ਚਿਰ ਮੈਨੂੰ ਉਡੀਕਦਾ ਰਿਹਾ ਸੀ। ਮੈਂ ਕਾਕੇ ਦੇ ਨਾਲ ਲੰਮਾ ਪਿਆ, ਬੜਾ ਬੇਚੈਨ ਰਿਹਾ। ਨੀਂਦ ਆਉਂਦੀ ਹੀ ਨਹੀਂ ਸੀ, ਪਰ ਆਖਰ ਪਤਾ ਨਹੀਂ ਕਦੋਂ ਆ ਗਈ। ਨੀਂਦ ਤੇ ਆਖਦੇ ਨੇ ਸੂਲਾਂ ਤੇ ਵੀ ਆ ਜਾਂਦੀ ਹੈ। ਅੱਧੀ ਰਾਤ ਤੋਂ ਮਗਰੋਂ ਦਾ ਵੇਲਾ ਸੀ। ਕਾਕਾ ਕੁਝ ਸੁੱਤਾ ਬੇਚੈਨ ਜਾਪਦਾ ਸੀ। ਉਸ 2-3 ਵਾਰੀ ਢਿੱਡ ਵਿੱਚ ਲੱਤਾਂ ਮਾਰੀਆਂ ਸਨ, ਹੁਣ ਉਸ ਬਾਂਹ ਉਲਟਾ ਕੇ ਮੇਰੇ ਮੂੰਹ ਤੇ ਮਾਰੀ। ਜਾਗਿਆ ਤਾਂ ਮੈਂ ਅੱਗੇ ਹੋਇਆ ਸਾਂ, ਹੁਣ ਚੇਤੰਨ ਹੋ ਗਿਆ। ਕਾਕਾ ਕੁਝ ਬੁੜਬੜਾਇਆ, ਮੈਨੂੰ ਕੁਝ ਪਤਾ ਨਾ ਲੱਗਾ। ਫਿਰ ਉਹ ਉੱਚੀ ਬੁੜਬੜਾਇਆ, ਕੁਫੀ ਕੁਫੀ ਦਾ ਜੀ ਕੁਫੀ। ਮੈਂ ਬੇਹਵਲ ਉਹ ਹੋ ਉੱਠਿਆ। ਸਰਦਾਰ ਜੀ ਜਾਗਦੇ ਹੋ? ਸ਼੍ਰੀਮਤੀ ਨੇ ਆਖਿਆ ਤੇ ਇਹ ਜਾਣ ਕੇ ਕਿ ਮੈਂ ਜਾਗਦਾ ਹਾਂ ਉਸ ਜਾਰੀ ਰੱਖਿਆ, ਖਸਮਾ ਖਾਣਾ ਸੁੱਤਾ ਪਿਆ ਵੀ ਕੁਲਫੀਆਂ ਮੰਗਦਾ। ਮੇਰੇ ਤੇ ਮਾਨੋ ਬਿਜਲੀ ਪੈ ਗਈ ਸੀ। ਮੈਂ ਚੁੱਪ ਰਿਹਾ ਤੇ ਕਾਕਾ ਵੀ ਚੁੱਪ ਹੋ ਗਿਆ। ਸਵੇਰੇ ਜਾਗ ਕੇ ਕਾਕੇ ਕੁਲਫੀ ਦੀ ਮੰਗ ਕੋਈ ਨਾ ਕੀਤੀ। ਮੇਰੇ ਕੰਮ ਤੋਂ ਮੁੜ ਕੇ ਆਉਂਦਿਆਂ ਵੀ ਉਸ ਮੈਥੋਂ ਕੁਝ ਨਾ ਮੰਗਿਆ। ਰੋਟੀ ਖਾ ਕੇ ਮੈਂ ਦੁਪਹਿਰ ਦੀ ਨੀਂਦ ਲੈਣ ਲਈ ਲੇਟ ਗਿਆ। ਉਸ ਚੁੱਭਣ ਵਾਲੀ ਸਫ਼ ਉੱਤੇ ਅਤੇ ਉਧਾਰ ਨਾਲ ਲੈ ਸਕਣ ਦੀ ਅਸਫਲਤਾ ਤੇ ਝੂਰਦਾ ਰਿਹਾ। ਫਿਰ ਮੈਨੂੰ ਨੀਂਦ ਆ ਗਈ। ਮੇਰੀ ਨੀਂਦ ਹਾਲੇ ਅਧਵਾਟੇ ਹੀ ਸੀ ਕਿ ਗਲੀ ਵਿੱਚ ਕਿਸੇ ਕੁਲਫੀ ਵਾਲੇ ਨੇ ਹੋਕਾ ਦਿੱਤਾ, ਠੰਡੀ ਠਾਰ ਕੁਲਫੀ, ਮਜ਼ੇਦਾਰ ਕੁਲਫੀ। ਮੈਂ ਜਾਗ ਪਿਆ। ਕਾਕਾ ਮੇਰੇ ਲਾਗੇ ਰਬੜ ਦੀ ਪਾਟੀ ਬੱਤਕ ਨਾਲ ਖੇਡ ਰਿਹਾ ਸੀ। ਦੂਸਰੀ ਆਵਾਜ਼ ਤੇ ਉਸਦੇ ਕੰਨ ਖੜੇ ਹੋ ਗਏ। ਬੱਤਕ ਨੂੰ ਸੁੱਟ ਕੇ ਉਹ ਖੜਾ ਹੋਇਆ। ਬੂਹੇ ਲਾਗੇ ਜਾ ਕੇ ਉਹ ਖੜਾ ਹੋ ਕੇ ਬਾਹਰ ਦੇਖਣ ਲੱਗ ਪਿਆ। ਮੈਂ ਸੋਚਿਆ ਹੁਣ ਮੈਨੂੰ ਜਗਾਉਣ ਆਵੇਗਾ, ਪਰ ਉਹ ਉੱਥੇ ਹੀ ਖੜੋਤਾ ਰਿਹਾ। ਫਿਰ ਉਹ ਬਾਹਰ ਤੁਰ ਗਿਆ। ਮੈਂ ਸ਼ੋਪਲੀ ਸ਼ੋਪਲੀ ਉੱਠ ਕੇ ਬੂਹੇ ਓਲੇ ਆ ਖੜੋਤਾ। ਸ਼ੋਪਲੀ ਸ਼ੋਪਲੀ ਹੁੰਦਾ ਬੱਚੇ ਦਬੇ ਪੈਰੀ ਕਿ ਉਹਨੂੰ ਪਤਾ ਨਾ ਲੱਗੇ। ਕੁਲਫੀ ਵਾਲਾ ਸਾਹਮਣੇ ਸ਼ਾਹ ਜੀ ਦੇ ਲੜਕੇ ਨੂੰ ਕੁਲਫੀ ਕੱਢ ਕੇ ਦੇਣ ਦੇ ਆਹਰ ਵਿੱਚ ਸੀ। ਇਹ ਮੁੰਡਾ ਗਲੀ ਦਾ ਬੁੱਲੀ ਸੀ। ਬੁੱਲੀ ਦਾ ਮਤਲਬ ਬੱਚੇ ਹੁੰਦਾ ਗਾ ਵੀ ਮਤਲਬ ਧੱਕੜ ਜਿਹਾ ਕਿ ਦੂਜਿਆਂ ਦੇ ਉੱਤੇ ਰੋਹਬ ਜਵਾਉਣ ਵਾਲਾ। ਤਾਂ ਇਹ ਕੋਈ 8 ਕੁ ਵਰਿਆਂ ਦਾ ਸੀ। ਇਹ ਮੁੰਡਾ ਗਲੀ ਦਾ ਬੁੱਲੀ ਸੀ ਤੇ ਆਪਣੇ ਤੋਂ ਛੋਟੇ ਮੁੰਡਿਆਂ ਨੂੰ ਸਦਾ ਕੁੱਟਿਆ ਕਰਦਾ ਸੀ। ਇਹ ਕੋਈ 8 ਕੁ ਵਰਿਆਂ ਦਾ ਸੀ ਤੇ ਸਾਡੇ ਕਾਕੇ ਤੋਂ 3 ਕੁ ਸਾਲ ਵੱਡਾ ਸੀ। ਕਾਕਾ ਸਿਪਾਹੀਆਂ ਵਾਂਗ ਲੱਤਾਂ ਚੌੜੀਆਂ ਕਰਕੇ ਲੱਕ ਪਿੱਛੇ ਹੱਥ ਜੋੜੀ ਖੜਾ ਸੀ। ਕੁਲਫੀ ਵੱਲੋਂ ਗੌ ਨਾਲ ਦੇਖ ਰਿਹਾ ਸੀ, ਪਰ ਉਸ ਕੁਲਫੀ ਵਾਲੇ ਭਾਈ ਕੋਲੋਂ ਕੁਲਫੀ ਨਹੀਂ ਸੀ ਮੰਗੀ। ਜਿਉਂ ਹੀ ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਤੇ ਹੱਥ ਤੇ ਕੁਲਫੀ ਦੀ ਪਲੇਟ ਰੱਖੀ, ਕਾਕਾ ਧੁੱਸ ਦੇ ਕੇ ਉਸਨੂੰ ਪੈ ਗਿਆ। ਉਹ ਗਈ ਪਲੇਟ, ਉਹ ਗਈ ਕੁਲਫੀ, ਫਲੂਦਾ ਤੇ ਚਮਚਾ ਤੇ ਮੋਰੀ ਵਿੱਚ ਡਿੱਗਾ ਸ਼ਾਹਾਂ ਦਾ ਮੁੰਡਾ। ਕਿਸੇ ਜੇਤੂ ਵਾਂਗ ਕਾਕਾ ਉਸ ਵੱਲ ਵੇਖਦਾ ਰਿਹਾ। ਸ਼ਾਹਾਂ ਦਾ ਮੁੰਡਾ ਗੁੱਸਾ ਖਾ ਕੇ ਉੱਠਿਆ। ਕੁਲਫੀ ਦਾ ਨੁਕਸਾਨ ਤੇ ਆਪਣੀ ਹੇਠੀ ਉਸਨੂੰ ਜਿਵੇਂ ਨਵਾਂ ਜੋਸ਼ ਦੇ ਰਹੀ ਸੀ। ਜਿਉਂ ਹੀ ਉਹ ਉੱਠਿਆ, ਕਾਕੇ ਨੇ ਫਿਰ ਉਸਨੂੰ ਇੱਕ ਐਸੀ ਢੁੱਡ ਮਾਰੀ ਕਿ ਉਹ ਫਿਰ ਮੋਰੀ ਵਿੱਚ ਜਾ ਪਿਆ ਤੇ ਚੀਕਾਂ ਮਾਰਨ ਲੱਗ ਪਿਆ। ਕੁਲਫੀ ਵਾਲਾ ਕਾਕੇ ਨੂੰ ਚਪੇੜ ਲੈ ਕੇ ਪਿਆ। ਮੈਂ ਨੱਸ ਕੇ ਕਾਕੇ ਨੂੰ ਚੁੱਕ ਲਿਆ। ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਉਠਾ ਲਿਆ। ਸ਼ਾਹਣੀ, ਜੋ ਕਿਸੇ ਦਾ ਉਲਾਂਭਾ ਨਹੀਂ ਸੀ ਸੁਣਦੀ, ਅੱਜ ਸਾਡੇ ਉਲਾਂਭਾ ਦੇਣ ਲਈ ਆਈ। ਕਾਕੇ ਦਾ ਸਰੀਰ ਭੱਖ ਰਿਹਾ ਸੀ। ਸ਼੍ਰੀਮਤੀ ਨੇ ਕਿਹਾ, ਆ ਖਸਮਾ ਖਾਣਿਆ, ਤੂੰ ਲੱਗਾ ਹੁਣੇ ਉਲਾਂਭੇ ਲਿਆਉਣ ਤੇ ਮਾਰਨ ਲਈ ਚਪੇੜ ਉਘਾਰੀ। ਮੈਂ ਕਿਹਾ, ਕੁਝ ਵੰਡ ਛਦੈਣੇ, ਕੈਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ। ਇਸ ਤਰ੍ਹਾਂ ਬੱਚੇ ਇਸ ਕਹਾਣੀ ਦੇ ਵਿੱਚ ਅਸੀਂ ਦੇਖਿਆ ਕਿ ਇੱਕ ਛੋਟਾ ਬੱਚਾ ਵੀ ਉਹ ਸਮਝ ਜਾਂਦਾ ਫਿਰ ਕਿ ਮੇਰਾ ਜਿਹੜਾ ਪਿਤਾ ਹੈ ਉਹ ਮੈਨੂੰ ਕੁਲਫੀ ਲੈ ਕੇ ਦੇਣ ਦੇ
काबल नहीं है कि उसके कोल पैसे नहीं है, तो एक तरह नाल वो दिखाया है, मतलब कुल्फी खांदा भी नहीं है, तो लैके कुल्फी सुटवा देंदा है। तो इस तरह मतलब ये दिखाया है कि जेड़ी शासक जमात है, मतलब साढ़े ते शासन कर रही है जमात, उनते तो हक है जड़े वह खो के ही मिलने ने, इस तरह नहीं मिलने। क्योंकि पहला दिखाया उहदे विच कि जड़ा कहानीकार है वह अपने जिथे काम कर रहा है उस कारखानेदार तो अपनी मजदूरी पूरी नहीं मंगता, पढ़िया लिखिया भावे अपने पिता तो ज्यादा है वह, तो पर तनखा उहदी बहुत घट सी, तो इस करके वह आर्थिक तंगी का शिकार सी, तो लैके नहीं दे सकिया। पर अगे की दिखाया कहानीकार ने सानू कि कुछ मतलब कि वह अपनी जो पत्नी नू कह रहा है शुदैने कैर प्यो दे घर बहादुर मुंडा जमया, कि तो खुशी वाली गल है कि जड़ा साडा पुत्र है वह अपने हकों प्रति जागरूक है, तो वह की करेगा उन्हां तो अपने हक है जड़े वह खो के लै लवेगा। तो इस कहानी का सार आएगा बच्चे पेपरां दे विच, ते एक एक नंबर वाले प्रश्न आउणगे, दो प्रश्न आउणगे इहदे विचों कहानी भाग दे विचों, दो तुहाडे एकांगी भाग दे विचों, इस तरह एक एक नंबर वाले को प्रश्न आउणगे, ते फिर उस तो बाद तीन तीन नंबर वाले दो प्रश्न आउणगे, ते एक सार आएगा कहानी का। पहला प्रश्न है बच्चे कुल्फी कहानी का सार अपने शब्दों में लिखो। ये बच्चे ऑलरेडी मैं कहानी शुरू करने तो पहला तुहानू सारी कहानी समझाई है, तो वह कहानी का सार ही सी बच्चे, उम्मीद है तुसी उस तरह लिख लोगे सार। तां दूसरा प्रश्न, कुल्फी वाले का होका सुन के लेखक की सोचन लगा? कुल्फी वाले का होका सुन के लेखक की सोचन लग्या सी? ठंडी ठार आवाज विच कुल्फी वाले ने जदों होका दिता तां चिट्टी दुध कुल्फी सरकार कहानीकार दी अखां सामने नचण लगी, उसके मूंह विच पानी आ गया, पर वह बेबस सी, ते उह सोचदा है कि पैसे की तंगी है जिहड़ी वह हवा लात की तंगी तो भी भैड़ी हुंदी है। अगला प्रश्न है बच्चे, तुसी तक्का दे दिओ मैनू नहीं लगती लुगदी खंघ, काके दे इन्हां दे शब्दां तो की भाव है? काके दे इन्हां दे शब्दां तो की भाव है कि मैनू कोई खंघ नहीं लगती, तुसी मैनू टका दे दिओ मैं तां कि मुरमरे खा सकां। लेखक अपने पिता दे समय की तुलना अपने समय नाल क्यों करता है? लेखक अपने पिता दे समय की तुलना अपने समय नाल क्यों करता है? क्योंकि उस समय ते पिता की तनखा सीगी वह मेरे तो ज्यादा सीगी, ते धेले दा धेला खर्चन मिलता सी उस टाइम ते उसनू, ते धेले दे मसद्दी राम तो छोले मुक्कन विच नहीं सी आउंदे, इन्ने मिलते सीगे। मेरे पिता की आमदन दे पासक भी नहीं है कि मेरी आमदन, क्योंकि उसके पिता की आमदन उस तो कई गुणा वध सीगी, क्योंकि उसके पिता का समा सी जिहड़ा उसके समय नालों वधिया सीगा, उसके पिता की तनखाह भी ज्यादा सी, कहानीकार सी जिहड़ा ज्यादा पढ़िया होया सी, पर उसनू उन्ने पैसे नहीं सी मिलते, उसकी तनखाह अपने पिता नालों घट सी। अगला प्रश्न है बच्चे, लेखक मालक तो तनखाह वधाउण की मंग तो संकोच क्यों कर रहा सी? यह बच्चे हैगा 14 नंबर पेज ते, कि इकले की आवाज भावें किड्डी उच्ची होवे सुनी नहीं जाती, लोड़वंद इकट्ठे हो नहीं सकते, जे हो जाण तां रह नहीं दिते जाते, तो वह यह मंग क्यों नहीं सी रख सकता कि किते उसनू नौकरियों जवाब ही ना मिल जाए? बेरोजगारी के भयानक भविख ने उसनू कंबा दिता सी, इस करके वह हमेशा चुप ही रहिंदा सीगा कि वह अपना तनखाह वधाउण लई नहीं सी कहिंदा। अगला हैगा जी प्रश्न, शाहां दे मुंडे तो कुल्फी खोहण ते काके दे मापिआं दी की प्रतिक्रिया सी? शाहां दे मुंडे तो कुल्फी खोहण ते जदों उसकी मां, शाहां दे मुंडे की मां घर उलांभा देण आउंदी है, तां काके दी मां उसनू मार लई चपेट चुकदी है कि तूं हुणे तो उलांभे लिआउण लग पिआ, पर कहानीकार है जिहड़ा उह कहिंदा कुछ बंड शदैणे कैर प्यो दे घर बहादुर पुत जम्मिआ। अगला प्रश्न है बच्चे, काका सुपने विच क्यों बुड़बुड़ा रिहा सी? काका सुपने विच क्यों बुड़बुड़ा रहा सी? क्योंकि उसकी कुल्फी खाण की जिहड़ी मंग सी वह पूरी नहीं हो सकी सी, ते अचेत मन विच किते ना किते उसके कुल्फी दे प्रति इच्छा सी कि उसनू कुल्फी खाण लई मिले, इसलिए जिहड़ा काका सी वह सुपने विच बुड़बुड़ा रहा सी। अगला प्रश्न है बच्चे, लेखक इस कहानी विच की संदेश देना चाहुंदा है? लेखक इस कहानी विच संदेश देना चाहुंदा है कि जिहड़ी आर्थिक तंगी की हालत है वह हवा लाती की तंगी नालों भी भैड़ी हुंदी है, ते आर्थिक तौर पर सानू की है मतलब आर्थिक तौर पर मजबूत होने लई सानू गरीबां नू जिहड़े हक ने वह अमीरां कोलों खो के ही मिलणगे,
इस कहानी दे विच सानू कहानीकार यही संदेश देना चाहुंदा है कि सानू अपने हक्कां प्रति जागरूक होना चाहिदा है। इन्ने ही सी जी प्रश्न, तां उम्मीद है तुहानू इह कहानी है जिहड़ी चंगी तरह समझ आ गई होगी। बच्चो इस नू वध तों वध लाइक ते शेयर करना, चैनल नू सबसक्राइब करना ते बैल आईकॉन नू दबाउणा तां जो आउण वालियां वीडियोज़ दी नोटिफिकेशन तुहाडे तक पहुंच सके। धन्नवाद प्यारे बच्चों।